जलंधर विच पुलिस वल्लों अज सेंट्रल टाउन मार्केट विच मोबाइल दीयां दुकानां बंद करवाईयां गईयां, जिस दे रोस वजो दुकानदारां ने दुकानां दे बाहर बैठ के पुलिस खिलाफ़ प्रदर्शन किया। दुकानदारां ने दस्या कि कैप्टन साहब वल्लों ये ऑर्डर दिता गया है कि मोबाइल रिपेयर दीयां दुकानां खुलणगीयां, पर जलंधर पुलिस वल्लों अज कैप्टन साहब दे हुक्मां नूं ना मनदे होए उन्हां दीयां दुकानां बंद करवा दित्तियां गईयां। उन्हां पुलिस प्रशासन तो मंग कीती कि उन्हां नूं क्लीयर किया जाए कि दुकानां खुलणियां हन जां नहीं। उधर दूजे पासे जदों पुलिस अधिकारी नाल गल कीती गई तां उन्हां ने कहा कि सानू उपरों ऑर्डर आए हन कि मोबाइल दीयां दुकानां बंद करवाईयां जाण, इसलिए अज असी ये कार्रवाई कीती है। जलंधर तो अमित अरोड़ा की रिपोर्ट। ਅਸੀਂ ਐਸ ਐਚ ਓ ਸਾਹਿਬ ਨੂੰ ਉਹੀ ਬੇਨਤੀ ਕਰ ਦਿੰਦੇ ਹਾਂ, ਸਾਨੂੰ ਕਨਫਰਮ ਕਰ ਦਿੱਤਾ ਜਾਏ ਇੱਕ ਵਾਰੀ ਕਿ ਅਸੀਂ ਮੋਬਾਈਲ ਰਿਪੇਅਰ ਦੀ ਸ਼ੋਪ ਕਿਉਂ ਨਹੀਂ ਖੋਲ ਸਕਦੇ, ਜਦਕਿ ਡੀ ਸੀ ਸਾਹਿਬ ਆਰਡਰ ਹੈ ਕਿ ਤੁਸੀਂ ਮੋਬਾਈਲ ਰਿਪੇਅਰ ਦੀ ਸ਼ੋਪ ਖੋਲ ਸਕਦੇ ਹੋ। ਇਸੇ ਕਰਕੇ ਅਸੀਂ ਸਾਰੇ ਬੈਠੇ ਐਸ ਐਚ ਓ ਸਾਹਿਬ ਨੂੰ ਬੁਲਾਇਆ, ਐਸ ਐਚ ਓ ਸਾਹਿਬ ਆਏ ਨੇ, ਉਹ ਅੱਗੋਂ ਆਪਣੇ ਜਿਹੜੇ ਮੇਨ ਅਫਸਰ ਉਹਨਾਂ ਨਾਲ ਗੱਲ ਕਰ ਰਹੇ ਨੇ, ਡੀ ਸੀ ਸਾਹਿਬ ਨਾਲ ਕਰਨਗੇ ਜਾਂ ਕਿਸੇ ਨਾਲ ਵੀ ਕਰਕੇ ਸਾਨੂੰ ਅੱਗੋਂ ਗਾਈਡ ਕਰਨਗੇ ਵੀ ਕੀ ਕੀਤਾ ਜਾਏ। ਜਿਹੜੀਆਂ ਬਾਕੀ ਸ਼ੋਪਸ ਵੱਡੀਆਂ ਵੱਡੀਆਂ ਸ਼ੋਪਸ ਨੇ, ਮੋਬਾਈਲ ਹਾਊਸ ਵਗੈਰਾ ਜਿਹੜੀਆਂ ਸ਼ੋਪਸ ਮੋਬਾਈਲ ਦੀਆਂ ਖੁੱਲੀਆਂ ਹੋਈਆਂ, ਤੁਹਾਡੀ ਸ਼ੋਪ ਕਿਉਂ ਨਹੀਂ ਖੁੱਲਣ? ਉਹੀ ਤਾਂ ਸਾਨੂੰ ਸਮਝ ਨਹੀਂ ਆ ਰਹੀ ਨਾ, ਮੋਬਾਈਲ ਹਾਊਸ ਹੋ ਗਿਆ ਜਾਂ ਪਹਿਲਾਂ ਸ਼ੋਪ ਖੋਲੀ ਹੈ ਜਦੋਂ ਦਾ ਲੋਕਡਾਊਨ ਜਿਹੜਾ ਮਿੰਨੀ ਲੋਕਡਾਊਨ ਲੱਗਾ ਉਸ ਦੌਰਾਨ ਤੁਸੀਂ ਪਹਿਲਾਂ ਸ਼ੋਪ ਖੋਲ ਚੁੱਕੇ ਹੋ? ਪਰਸੋਂ ਵੀ ਖੋਲੀ, ਪਰਸੋਂ ਵੀ ਬੰਦ ਕਰਾਤੀ ਹੈ ਜੀ, ਪਰਸੋਂ ਸਾਡਾ ਬੰਦਾ ਚੱਕ ਕੇ ਲੈ ਕੇ ਤਾਂ ਚਲਾ ਗਿਆ, ਕੱਲ੍ਹ ਖੋਲੀ ਹੈ, ਕੱਲ੍ਹ ਆ ਕੇ ਬੰਦ ਕਰਾਤੀ ਹੈ। ਅੱਜ ਇਸੇ ਕਰਕੇ ਸਾਰੇ ਮੋਬਾਈਲ ਵਾਲੇ ਇਕੱਠੇ ਹੋਏ ਆ ਤਾਂ ਜੋ ਅਸੀਂ ਆਪਣੇ ਐਸ ਐਚ ਓ ਸਾਹਿਬ ਨੂੰ ਇੱਥੇ ਬੁਲਾ ਕੇ ਪੁੱਛਿਆ ਜਾਵੇ ਵੀ ਸਾਨੂੰ ਦੱਸੋ ਤਾਂ ਅਸੀਂ ਗਾਈਡ ਤਾਂ ਕਰੋ ਵੀ ਅਸੀਂ ਮੋਬਾਈਲ ਸ਼ੋਪ ਕਿਉਂ ਨਹੀਂ ਖੋਲ ਸਕਦੇ, ਜਦਕਿ ਡੀ ਸੀ ਸਾਹਿਬ ਦਾ ਆਰਡਰ ਹੈ ਤੁਸੀਂ ਮੋਬਾਈਲ ਰਿਪੇਅਰ ਦੀ ਦੁਕਾਨ ਖੋਲ ਸਕਦੇ ਹੋ। ਇਹ ਰੁਪਏ ਦਾ ਕੰਮ ਕਰਦੇ ਆ, ਛੋਟੀਆਂ ਛੋਟੀਆਂ ਦੁਕਾਨਾਂ ਬੇਸਿਕਲੀਆਂ ਇਹਨਾਂ ਦੀਆਂ, ਕੋਈ 500 ਰੁਪਏ ਦਾ ਕਮਾਉਂਦਾ, ਕੋਈ 1000 ਰੁਪਇਆ ਕਮਾਉਂਦਾ, ਕਿਉਂਕਿ ਇੱਕ ਮੋਬਾਈਲ ਠੀਕ ਕਰਨ 'ਚ 100-200-400 ਰੁਪਇਆ। ਜਦੋਂ ਇਹ ਡੀ ਸੀ ਆਫਿਸ ਕਿਸੇ ਨੂੰ ਕੰਟੈਕਟ ਕਰਦੇ ਆ ਉੱਥੋਂ ਮੈਸੇਜ ਆਉਂਦਾ ਤੁਸੀਂ ਦੁਕਾਨ ਖੋਲ ਸਕਦੇ, ਲੇਕਿਨ ਜਦੋਂ ਇਹ ਦੁਕਾਨ ਖੋਲ ਕੇ ਬਹਿੰਦੇ ਆ ਪ੍ਰਸ਼ਾਸਨ ਏਰੀਏ ਦੇ ਐਸ ਐਚ ਓ ਸਾਹਿਬ ਆ ਕੇ ਦੁਕਾਨਾਂ ਬੰਦ ਕਰਾਉਂਦੇ। ਅਸੀਂ ਐਸ ਐਚ ਓ ਸਾਹਿਬ ਨੂੰ ਇਹੀ ਬੇਨਤੀ ਕੀਤੀ ਹੈ ਕਿ ਸਾਨੂੰ ਕਲੀਅਰ ਕੀਤਾ ਜਾਵੇ ਅਸੀਂ ਦੁਕਾਨ ਖੋਲ ਸਕਦੇ ਨਹੀਂ ਖੋਲ ਸਕਦੇ, ਜੇ ਅਸੀਂ ਖੋਲ ਸਕਦੇ ਅਸੀਂ ਘਰੋਂ ਹੀ ਨਾ ਆਈਏ, ਘਰ ਜਾਂਗੇ ਆ ਬੱਚੇ ਪੈਸੇ ਮੰਗਦੇ ਆ, ਜੇ ਪੈਸੇ ਕਮਾਉਂਗੇ ਤਾਂ ਬੱਚਿਆਂ ਨੂੰ ਰੋਟੀ ਜਾ ਕੇ ਖਵਾਉਂਗੇ। ਹੁਣ ਐਸ ਐਚ ਓ ਸਾਹਿਬ ਮੌਕੇ 'ਤੇ ਆਏ ਸੀ, ਉਹ ਕਹਿੰਦੇ ਮੈਂ ਉੱਪਰ ਹਾਏਗਾ ਟੋਕਿੰਗ ਆ ਗੱਲ ਕਰਕੇ ਜੋ ਵੀ ਤੁਹਾਡਾ ਫੈਸਲਾ ਹੋਏਗਾ ਮੈਂ ਜਲਦੀ ਇਹਨੂੰ ਇੰਪਲੀਮੈਂਟ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਇਹ ਚਾਹੁੰਦੇ ਜੇ ਵੱਡੇ ਸ਼ੋਰੂਮ ਖੁੱਲ੍ਹ ਸਕਦੇ, ਜਿੱਦਾਂ ਤੁਹਾਡੇ ਇੱਕ ਜਰਨਲਿਸਟ ਨੇ ਦੱਸਿਆ ਸੀ ਮੋਬਾਈਲ ਬਹੁਤ ਵੱਡੀ ਕੋਈ ਦੁਕਾਨ ਖੁੱਲ੍ਹੀ ਹੋਈ ਹੈ ਮੋਬਾਈਲ ਦੀ, ਲੇਕਿਨ ਜੇ ਵੱਡੀ ਖੁੱਲ੍ਹ ਸਕਦੀ ਤਾਂ ਛੋਟੀ ਕਿਉਂ ਨਹੀਂ ਖੁੱਲ੍ਹ ਸਕਦੀ? ਹਮੇਸ਼ਾ ਧੱਕਾ ਗਰੀਬਾਂ ਨਾਲ ਵੀ ਹੋਏਗਾ, ਮੈਂ ਨਹੀਂ ਚਾਹੁੰਦਾ ਵੀ ਗਰੀਬਾਂ ਨਾਲ ਧੱਕਾ ਹੋਵੇ, ਮੇਰੇ ਆਪਣੇ ਸਾਥੀ ਹੈ, ਮੈਂ ਆਪ ਇਸ ਬਾਜ਼ਾਰ 'ਚ ਹੀ ਵੱਡਾ ਹੋਇਆ, ਇਸ ਕਰਕੇ ਇਹਨਾਂ ਨੇ ਮੈਨੂੰ ਬੁਲਾਇਆ ਸੀ, ਅੱਜ ਇਹਨਾਂ ਨੇ ਰੱਖਿਆ ਸੀ ਪ੍ਰਸ਼ਾਸਨ ਨਾਲ ਗੱਲ ਕੀਤੀ, ਅਸੀਂ ਪ੍ਰਸ਼ਾਸਨ ਨਾਲ ਗੱਲ ਕਰਨ ਵਾਸਤੇ ਇਕੱਠੇ ਹੋ ਕੇ ਜਾਂਦੇ। ਪੰਗਵਾੜਾ ਗੇਟ ਜਿਹੜੇ ਸੋਰੀ ਦੁਕਾਨਦਾਰ ਮੋਬਾਈਲ ਸ਼ੋਪ ਵਾਲੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਤੁਹਾਡੇ ਵੱਲੋਂ ਬੰਦ ਕਰਵਾਈਆਂ ਗਏ, ਕੀ ਕਾਰਨ ਕੀ ਹੈ? ਬਿਲਕੁਲ ਜੀ, ਪਰਸੋਂ ਦੀ ਅੰਬਲੇ ਸਾਡੇ ਏ ਸੀ ਪੀ ਸਾਹਿਬ ਦੀ ਮੀਟਿੰਗ ਹੋਈ ਸੀਗੀ ਆਪਣੇ ਹਾਕਮ ਸਾਹਿਬ ਨਾਲ, ਮੇਰੀ ਹੁਣ ਵੀ ਫੋਨ 'ਤੇ ਗੱਲ ਹੋਈ ਆ। ਪੰਕਜ ਜੀ ਥੋੜ੍ਹਾ ਮਾਈਕ ਥੱਲੇ ਕਰਦੇ ਯਾਰ, ਪਿੱਛੇ ਕਰ ਫੋਨ, ਨੇ ਤੇਰਾ ਸਾਰਾ ਫੋਨ ਆ ਰਿਹਾ ਭਰਾ। ਸੀ ਐਮ ਸਾਹਿਬ ਵੱਲੋਂ ਕੀ ਆਰਡਰ ਆਏ ਹੋਏ ਆ? ਸੀ ਐਮ ਸਾਹਿਬ ਵੱਲੋਂ ਕੀ ਉਹਨਾਂ ਨੇ ਕਿਹਾ ਵੀ ਆਪਣੇ ਜਿਹੜੇ ਆਪਣੇ ਡੀ ਸੀ ਸਾਹਿਬ ਹੈ ਕਿ ਆਪਣੇ ਆਪਣੇ ਚਿਹਰੇ ਆਪਣੇ ਮੁਤਾਬਕ ਕਰਵਾਉਣਗੇ, ਮਗਰ ਇਹ ਤਾਂ ਹਾਲਾਤ ਹੋਣਗੇ, ਡੀ ਸੀ ਸਾਹਿਬ ਨੇ ਤੈਅ ਕਰਨਾ ਹੁੰਦਾ। ਮਗਰ ਆਰਡਰ ਦੀ ਕਾਪੀ ਇਹ ਤਾਂ ਹੈਗਾ ਨਾ ਕਿ ਜਿਹੜੇ ਮੋਬਾਈਲ ਦੁਕਾਨਾਂ ਰਿਪੇਅਰ ਕਰਦੇ ਆ ਉਹ ਦੁਕਾਨਾਂ ਖੁੱਲ੍ਹ ਸਕਦੀਆਂ, ਪਰ ਉਹਦੇ ਨਾਲ ਇਹ ਵੀ ਉਹਨਾਂ ਨੇ ਗੱਲ ਕਹੀ ਰਾਜਦੀਪ ਵਾਰਮੀ ਦੇ ਵੱਲੋਂ, ਉਹਦੇ ਵਿੱਚ ਉਹਨਾਂ ਲਿਖਿਆ ਵੀ ਹਰ ਜ਼ਿਲ੍ਹੇ ਦਾ ਡੀ ਸੀ ਆਪਣੇ ਗੜਵੜ ਸਾਈਡ 'ਤੇ ਆਪਣੇ ਜ਼ਿਲ੍ਹੇ ਵਿੱਚ ਕਿੱਦਾਂ ਨੇ ਕੰਮ ਕਰਾਉਣਾ। ਹੁਣ ਤੁਹਾਨੂੰ ਜਿਹੜੇ ਉੱਪਰ ਤੁਸੀਂ ਗੱਲਬਾਤ ਕੀਤੀ ਉਹਨਾਂ ਵੱਲੋਂ ਕੀ ਦੱਸਿਆ ਗਿਆ? ਉਹਨਾਂ ਵੱਲੋਂ ਕੋਈ ਵੀ ਮੋਬਾਈਲ ਦੀ ਦੁਕਾਨ ਜਾਂ ਰਿਪੇਅਰ ਦੀ ਦੁਕਾਨ ਨਹੀਂ ਖੁੱਲ੍ਹੇਗੀ, ਅਸੀਂ ਗੌਰਮੈਂਟ ਦੇ ਜੋ ਹੁਕਮ ਆ ਜੋ ਅਸੀਂ ਉਹਨਾਂ ਦੀ ਪਾਲਣਾ ਕਰਨੀ ਆ, ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਉਹਨਾਂ ਨੂੰ ਆਪਣਾ ਦੁਕਾਨਾਂ ਕਿਸੇ ਦਾ ਵੀ ਧੱਕਾ ਸ਼ਾਹੀ ਕਰਦੇ ਪਿਆਰ ਨਾਲ, ਅਸੀਂ ਪਾਵਰ ਡਰੈਸ ਵੀ ਕਰਦੇ, ਮੈਂ ਫੋਨ ਅਤੇ ਸਪੀਕਰ ਲਾ ਕੇ ਗੱਡੀ ਦੇ ਉੱਪਰ, ਠੀਕ ਆ, ਅਤੇ ਕੱਲ੍ਹ ਕੱਲ੍ਹ ਸਮਝਾ ਵੀ ਰਹੇ ਭਾਜੀ ਪੂਰੀ ਮਾਰਕ ਬੱਬਰ ਕੀ ਕੰਮ ਕਰਦਾ, ਇਕੱਲੇ ਇਕੱਲੇ ਦੁਕਾਨਦਾਰ ਦਾ ਪਤਾ ਹੈ।
और